ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦਿਆਂ ਅੱਜ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਅੰਦਰ ਹੋਣ ਵਾਲੇ ਮਾਰਗ 'ਤੇ ਅੱਜ ਸਹਿਕਾਰਤਾ ਦੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਾਬਾ ਸਵੇਕ ਸਿੰਘ ਕਾਰ ਸੇਵਾ ਗੋਬਿੰਦਵਾਲ ਸਾਹਿਬ ਵਾਲਿਆਂ ਦੇ ਸਹਿਯੋਗ ਸਦਕਾ ਪੰਜ ਸਿੰਘ ਸਹਿਬਾਨ ਵੱਲੋਂ ਸਵਾਗਤੀ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ 550 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਨੂੰ ਸੁੰਦਰ ਬਣਾਉਣ ਲਈ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਾਬਾ ਸਵੇਕ ਸਿੰਘ ਕਾਰ ਸੇਵਾ ਗੋਬਿੰਦਵਾਲ ਸਾਹਿਬ ਨੇ ਕਿਹਾ ਸ਼ੁਰੂ ਕੀਤੀ ਆ ਗਵਰਨਮੈਂਟ ਦਾ ਗੇਟ ਇੱਥੇ ਅਸੀਂ ਪਾਸ ਕੀਤਾ ਸੀ। ਬਾਬਾ ਜੀ ਨੇ ਕਿਹਾ ਕਿ ਨਹੀਂ ਇਹ ਸੇਵਾ ਮੈਂ ਕਰਾਂਗਾ ਅਤੇ ਮੈਂ ਪੰਜਾਬ ਸਰਕਾਰ ਖਾਸ ਕਰਕੇ ਕੈਪਟਨ ਸਾਹਿਬ ਨੇ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਅੱਗੇ ਆ ਕੇ ਜਿਹੜਾ ਇਸ ਰਸਤੇ ਤੋਂ ਬਾਬਾ ਬੁੱਢਾ ਸਾਹਿਬ ਰਮਦਾਸ ਨੂੰ ਰਸਤਾ ਜਿਹੜਾ ਜਾਂਦਾ ਇਹਨਾਂ ਨੇ ਇਹਨਾਂ ਦੀ ਸੇਵਾ ਲਈ ਆ। ਮੈਂ ਪੰਜਾਬ ਸਰਕਾਰ ਵੱਲੋਂ ਅਤੇ ਆਪਣੇ ਇਲਾਕੇ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਮਹਾਨ ਕਾਰਜ ਦੇ ਵਿੱਚ ਇਹ ਜਿਹੜੇ ਸਮਾਗਮ ਹੁੰਦੇ ਨੇ ਧਾਰਮਿਕ ਸਮਾਗਮ ਸ਼ਤਾਬਦੀਆਂ ਇਹ ਜਦੋਂ ਸੰਤ ਸਮਾਜ ਇਹ ਅੱਗੇ ਆਉਂਦਾ ਤਾਂ ਉਹ ਤਾਂ ਨੇਪੜੇ ਚੜ੍ਹਦੇ ਨੇ, ਕੋਈ ਸਰਕਾਰਾਂ ਨਹੀਂ ਚੜ੍ਹਾ ਸਕਦੀਆਂ, ਕੋਈ ਪੋਲੀਟੀਕਲ ਪਾਰਟੀ ਨਹੀਂ ਕਰ ਸਕਦੀ। ਅੱਜ ਜਿਹੜੇ ਸੰਤ ਸਾਹਿਬਾਨ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਇੱਥੇ ਪਹੁੰਚ ਕੇ ਤੁਸੀਂ ਮਹਾਨ ਕੁੰਡ ਦੇ ਵਿੱਚ ਸ਼ੁਰੂਆਤ ਜਿਹੜੀ ਕੀਤੀ ਹੈ ਵਾਹਿਗੁਰੂ ਸਾਨੂੰ ਗੁਰੂ ਨਾਨਕ ਸਾਹਿਬ ਚੜ੍ਹਦੀ ਕਲਾ 'ਚ ਰੱਖਣ ਦੇ ਔਰ ਇਹਨਾਂ ਨੂੰ ਇਹਨਾਂ ਨੇ ਬੜੀ ਜਲਦੀ ਨੇਪੜੇ ਚੜ੍ਹਾਉਣ ਕਿਉਂਕਿ ਡਿਲੇ ਇਸ ਕਰਕੇ ਹੋਈ ਆ ਅਤੇ ਜਿਹੜੀਆਂ ਸੜਕਾਂ ਦੀ ਕਿੰਨੀ ਚੜ੍ਹਾਈ ਰੱਖਣੀ ਕੀ ਕਰਨਾ ਉਹ ਸਾਰਾ ਕੁਝ ਕਰਕੇ ਡਰਾਇੰਗ ਜਿਹੜੀ ਆ ਗੁਰੂ ਨਾਨਕ ਯੂਨੀਵਰਸਿਟੀ ਦਾ ਜਿਹੜਾ ਆਰਕੀਟੈਕਟ ਡਿਪਾਰਟਮੈਂਟ ਉਹਨਾਂ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਜਿਹੜੀ ਇਤਿਹਾਸਿਕ ਜਿਹੜੀ ਦਿੱਖ ਦਿਖਾਉਣ ਲਈ ਇਹ ਸਾਨੂੰ ਥੋੜ੍ਹਾ ਜਿਹਾ ਟਾਈਮ ਲੱਗਾ ਔਰ ਜਲਦੀ ਬਾਬਾ ਜੀ ਦੇ ਇਹਨਾਂ ਦੇ ਅਤੇ ਜਿੱਥੇ ਸੰਤਾਂ ਦੇ ਆਪ ਖੜੇ ਹੋ ਜਾਣ ਅਤੇ ਉਹ ਕਦੀ ਵੀ ਕੋਈ ਜੀ ਨੂੰ ਬੜਾ ਟਾਈਮ ਨਹੀਂ ਲੱਗਦਾ। ਅਕਤੂਬਰ ਤੱਕ ਦਾ ਬਿਲਕੁਲ ਬਾਬਾ ਜੀ ਨੇ ਇਹ ਬਿਲਕੁਲ ਬਾਬਾ ਜੀ ਨੇ ਤਾਂ ਦਿਨ ਰਾਤ ਕਰ ਦੇਣੀ ਆ ਅਤੇ ਬਾਪੀ ਜਿੱਥੇ ਇਹਨਾਂ ਦੇ ਅਰਦਾਸ ਹੋਈ ਉੱਥੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਅਸੀਂ ਇਹਨਾਂ ਨੂੰ ਉਹਦੇ ਤੋਂ ਪਹਿਲਾਂ ਤਿਆਰ ਕਰ ਲਿਆ। ਇੱਕ ਅੰਦਾਜ਼ਾ ਪਾਕਿਸਤਾਨ ਦੇ ਵੱਲੋਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿੰਨੇ ਵੀ ਸ਼ਰਧਾਲੂ ਉੱਧਰ ਜਾਣੇ ਨੇ ਕੋਈ 3200-2700 ਰੁਪਏ ਉਹਨਾਂ ਦੀ ਫੀਸ ਰੱਖ ਦਿੱਤੀ ਗਈ ਹੈ। ਇਹ ਵੇਖੋ ਇਹ ਉੱਥੋਂ ਦੀ ਗਵਰਨਮੈਂਟ ਦੀ ਸਾਡੇ ਜਿਹੜੀ ਹੈ ਉਹ ਵੈਸੇ ਫੀਸ ਨਹੀਂ ਸੀ ਚਾਹੀਦੀ ਪਰ ਜੇ ਉਹਨਾਂ ਦੀ ਮਰਜ਼ੀ ਉੱਥੋਂ ਦੀ ਗਵਰਨਮੈਂਟ ਹੈ ਅਤੇ ਗਵਰਨਮੈਂਟ ਆਫ ਇੰਡੀਆ ਉਹਦੇ ਨਾਲ ਗੱਲ ਕਰੇ ਕਿ ਕੈਪਟਨ ਸਾਹਿਬ ਨੇ ਪਹਿਲੇ ਦਿਨ ਤੁਸੀਂ ਵੇਖਿਆ ਹੋਣਾ ਕਿ ਜਿਸ ਵੇਲੇ ਮੇਰੇ ਖਿਆਲ ਤੋਂ ਕਦੀ ਵੀ ਨਹੀਂ ਕਿਹਾ ਲੋਕ ਉਦੋਂ ਵੀ ਕਿਹਾ ਕਿ ਜਿਹੜੀ ਸਾਨੂੰ ਖੁੱਲ੍ਹ ਦਿੱਤੀ ਜਾਵੇ ਔਰ ਜਿਹੜੀ ਆ ਫੀਸ ਨਾ ਲਾਈ ਜਾਵੇ ਪਰ ਉਹਨਾਂ ਨੇ ਜਿਹੜਾ ਕਿਹਾ ਕਿ ਅਸੀਂ ਵੀਜ਼ੇ ਦੇ ਉੱਤੇ ਜਿਹੜੀ ਆਪਣੀ ਫੀਸ ਰੱਖਾਂਗੇ ਜੇ ਉਹਨਾਂ ਫੀਸ ਰੱਖਣੀ ਹੈ ਤਾਂ ਉਹ ਫੀਸ ਘੱਟ ਹੋਣੀ ਚਾਹੀਦੀ ਆ ਵੱਧ ਨਹੀਂ ਚਾਹੀਦੀ। ਸ਼ਰਧਾਲੂਆਂ ਦੀ ਗਿਣਤੀ ਬਾਰੇ ਵੀ ਗੱਲ ਕੀਤੀ ਗਈ ਹੈ। ਸ਼ਰਧਾਲੂਆਂ ਦੀ ਗਿਣਤੀ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੀ ਸਟਾਰਟਿੰਗ ਦੇ ਵਿੱਚ ਇਹ ਕੈਪਟਨ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਕਿ 10,000 ਜਿਹੜਾ ਸ਼ਰਧਾਲੂ ਰੋਜ਼ਗਾਰ ਕਰੋ ਕਿਉਂਕਿ ਬਾਕੀ ਜਿਹੜੀ ਆ ਜਿਹੜੀ ਬਣਨੀ ਹੈ ਲੈਂਡਪੋਰਟ ਬਣਨੀ ਹੈ ਆਈਸਪੀ ਬਣਨੀ ਹੈ ਉੱਥੋਂ ਹਰ ਬੰਦੇ ਨੂੰ ਚੈਕਿੰਗ ਕਰਕੇ ਭੇਜਣਾ ਮੇਰੇ ਖਿਆਲ ਉਹਦੇ 'ਚ ਜਾਂ ਤਾਂ ਬਿਲਕੁਲ ਫ੍ਰੀ ਹੋਵੇ ਅਤੇ ਕਿਸੇ ਦਾ ਪਾਸਪੋਰਟ ਨਹੀਂ ਕੋਈ ਕੁਛ ਨਹੀਂ ਫੇਰ ਤਾਂ ਪੋਸੀਬਲ ਹੋ ਸਕਦੀ ਹੈ ਅਤੇ ਜੇ ਪਾਸਪੋਰਟ ਜਾਂ ਜਿਹੜੇ ਉੱਦਾਂ ਕੋਈ ਜਾਣਾ ਉਹਦੀ ਚੈਕਿੰਗ ਕਰਦੇ ਹਾਂ ਅਤੇ ਜੇ 10,000 ਵੀ ਸੰਗਤ ਦੀ ਦਿੰਦੇ ਤਾਂ ਮੇਰੇ ਖਿਆਲ ਕਿ ਸਾਡੇ ਲਈ ਬਹੁਤ ਵੱਡੀ ਗੱਲ ਹੋਏਗੀ। ਉਹਨਾਂ ਨੂੰ ਅਪੀਲ ਵੀ ਕਰਾਂਗੇ ਅਤੇ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਉਹਨਾਂ ਨੂੰ ਜਾ ਕੇ ਕਹਿਣ ਕਿ ਇਹਨੂੰ 10,000 ਦਿੱਤਾ। ਉਮੀਦ ਜਤਾਈਏ ਜੀ ਇਸ ਨਵੰਬਰ ਤੱਕ ਜਾਏਗਾ ਪਹਿਲਾਂ ਜਦੋਂ ਵੇਖੋ ਨਵੰਬਰ ਤੱਕ ਜਿਹੜਾ ਕੋਰੀਡੋਰ ਉਹ ਤਿਆਰ ਹੋ ਜਾਏਗਾ। ਬਿਲਡਿੰਗ ਜਿਹੜੀਆਂ ਨੇ ਜਿੱਦਾਂ ਇੱਥੇ ਤੁਹਾਡੇ ਸਾਹਮਣੇ ਫੂਡ ਪਾਰਕ ਬਣਨਾ 10 ਕਰੋੜ ਰੁਪਈਆ ਮਹਾਰਾਜ ਕੈਪਟਨ ਸਾਹਿਬ ਨੇ ਇੱਕ ਹੋਰ
ਬੜੀ ਉਹਨਾਂ ਨੇ ਸਾਡੇ 'ਤੇ ਕੀਤਾ ਕਿ ਹਵੇਲੀ ਬਣੇਗੀ, ਹੈਰੀਟੇਜ ਹਵੇਲੀ ਜਿਵੇਂ ਅਨੰਦਪੁਰ ਸਾਹਿਬ ਬਣੀ ਹੈ, ਅਤੇ ਉੱਥੇ ਮੰਡੀ ਬੋਰਡ ਵੱਲੋਂ 10 ਕਰੋੜ ਰੁਪਈਆ ਉਹਨਾਂ ਨੇ ਮਨਜ਼ੂਰ ਕਰਕੇ ਜਿਹੜਾ ਮੱਛੀ ਫਾਰਮ ਹੁੰਦਾ ਸੀ ਚੌੜੀਆਂ 'ਚ, ਉੱਥੇ ਉਹਨੂੰ ਅਸੀਂ ਮੰਡੀ ਬੋਰਡ ਨੂੰ ਟ੍ਰਾਂਸਫਰ ਕਰ ਦੇਣ ਲੱਗੇ। ਉੱਥੇ 10 ਕਰੋੜ ਦੀ ਲਾਗਤ ਨਾਲ ਹਵੇਲੀ ਬਣੇਗੀ, ਹੈਰੀਟੇਜ ਹਵੇਲੀ ਬਣਾਉਣੀ ਠੀਕ ਹੈ। ਨਾਲ ਦੀ ਅੱਜ ਦਾ ਦਿਨ ਬੜਾ ਮਾਣ ਵੱਡ ਭਾਗ ਆਇਆ ਡੇਰਾ ਸਾਹਿਬ ਦੀਆਂ ਸੰਗਤਾਂ, ਲਾਕਾ ਨਿਵਾਸੀ ਸੰਗਤਾਂ ਨੂੰ ਅਸੀਂ ਵਧਾਈ ਦਿੰਦੇ ਹਾਂ। ਜਿਹੜਾ ਸ਼ੁਭ ਅੱਜ ਕਾਰਜ ਹੋਇਆ ਸਾਡੇ 500 ਸਾਲ ਦੇ ਸੰਬੰਧ ਵਿੱਚ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।